ਅਸੀਂ ਰੱਖਿਆ ਹੋਇਆ ਬੜਾ ਜ਼ਹਿਰੀਲਾ ਕਿਸਮ ਦਾ ਜਾਨਵਰ ਚ, ਤੇ ਮੇਰੇ ਦੋਸਤੋ ਇਹ ਕਰਦਾ ਕੀ ਹੈ, ਇਹ ਅਗਰ ਕਿਸੇ ਇਨਸਾਨ ਨੂੰ ਜਾਵੇ ਨਾਲ ਡਰ ਸਾਂਭ ਲਈਏ ਭੈਣ ਜੀ ਅੱਧੇ ਆਉਣਾ ਲਓ ਜੀ ਸਾਰਿਆਂ ਭਰਾਵਾਂ ਨੂੰ ਮੇਰੇ ਤਰਫੋਂ ਅਸਲਾਮ ਵਾਲੇਕੁਮ ਮੇਰੇ ਦੋਸਤਾਂ ਭਰਾਵਾਂ ਨੂੰ ਸਾਰਿਆਂ ਨੂੰ। ਲਓ ਮੈਂ ਤੁਹਾਨੂੰ ਹੁਣ ਇੱਕ ਚੀਜ਼ ਲੱਗਾ ਦੱਸਣ ਇਹਨਾਂ ਸੱਪਾਂ ਦੇ ਮੁਤਲਕ, ਇਹ ਸੱਪ ਕਾਲੇ ਨਾਗ ਦਾ ਕੀ ਮਕਸਦ ਹੈ, ਅਸੀਂ ਰੱਖਿਆ ਹੋਇਆ ਬੜਾ ਜ਼ਹਿਰੀਲਾ ਕਿਸਮ ਦਾ ਜਾਨਵਰ ਚ, ਤੇ ਮੇਰੇ ਦੋਸਤੋ ਇਹ ਕਰਦਾ ਕੀ ਹੈ, ਇਹ ਅਗਰ ਕਿਸੇ ਇਨਸਾਨ ਨੂੰ ਜਾਵੇ ਨਾਲ ਡਰ ਠੀਕ ਇੱਕ ਘੰਟੇ ਦੇ ਅੰਦਰ ਅੰਦਰ ਇਨਸਾਨ ਨੂੰ ਮੇਰੇ ਦੋਸਤੋ ਇਹ ਅੰਨਾ ਕਰ ਛੱਡਦਾ ਅਤੇ ਗਲਾ ਫੜ ਲੈਂਦਾ ਜੀ। ਇਹ ਜਿਹੜਾ ਇਹਦੇ ਤੱਕਣਾ ਮੇਰੇ ਇਹ ਕਿਸ ਮਕਸਦ ਵਾਸਤੇ ਰੱਖੇ ਆ, ਲੋਕ ਕਿਸੇ ਭਰਾ ਨੂੰ ਅਗਰ ਸੱਪ ਲੜ ਵੀ ਜਾਵੇ ਨਾ ਅਸੀਂ ਉਹਦਾ ਇਲਾਜ ਵੀ ਕਰਦੇ। ਨੰਬਰ ਦੋ, ਇਹਨਾਂ ਦਾ ਅਸੀਂ ਤੇਲ ਬਣਾਉਂਦੇ ਹਾਂ, ਤੇਲ ਦਰਦਾਂ ਵਾਸਤੇ, ਸੱਟਾਂ ਵਾਸਤੇ, ਪੱਠਿਆਂ ਦੀ ਕਮਜ਼ੋਰੀ ਵਾਸਤੇ ਇਹ ਸੱਪਾਂ ਦਾ ਤੇਲ ਬਣਦਾ ਜੀ। ਸੱਪ ਅਤੇ ਸਾਂਢੇ ਦਾ ਤੇਲ, ਇਹ ਸਾਂਢਾ ਵੀ ਮੇਰੇ ਕੋਲ ਪਿਆ ਜੀ, ਇਹਦੇ ਮੁਤਲਕ ਦੇਖ ਲਵੋ। ਇਸ ਇਹਨਾਂ ਦਾ ਤੇਲ ਬਣਦਾ ਵੀ, ਤੇਲ ਬਣਾਉਣ ਤੋਂ ਬਾਅਦ ਮੇਰੇ ਦੋਸਤੋ ਇਹ ਦੋ ਤਿੰਨ ਕੰਮ ਕਰਦਾ ਜੀ। ਇਹ ਸਾਂਢੇ ਜੀ, ਇਹ ਅਸਲ ਸਾਂਢਾ ਜੀ, ਇਹਨੂੰ ਕਹਿੰਦੇ ਨੇ ਸਾਂਢਾ। ਇਹਦਾ ਤੇਲ ਬਣਦਾ ਜੀ ਅਤੇ ਪੂਰੀ ਦੁਨੀਆਂ ਦੇ ਵਿੱਚ ਇਹਦਾ ਨਾਂ ਹੈ, ਅਤੇ ਪੂਰੀ ਦੁਨੀਆਂ ਦੇ ਵਿੱਚ ਅੱਲਾਹ ਦੇ ਹੁਕਮ ਨਾਲ ਬਾਬੇ ਮਸਤਾਨੇ ਦਾ ਨਾਂ ਹੈ। ਇਹਨਾਂ ਸੱਪਾਂ ਦੇ ਮਤਲਬ ਬਾਬਾ ਮਸਤਾਨਾ ਸਾਂਪੋ ਵਾਲਾ। ਇਹਨਾਂ ਦਾ ਤੇਲ ਬਣਾਈ ਦਾ ਜੋੜਾਂ ਦੀਆਂ ਦਰਦਾਂ ਵਾਸਤੇ, ਪੱਠਿਆਂ ਵਾਸਤੇ ਆਈ ਜਾਓ, ਔਰ ਪੱਠਿਆਂ ਦੀ ਕਮਜ਼ੋਰੀ ਵਾਸਤੇ। ਕਈ ਬੱਚੇ ਜਿਹੜੇ ਹੁੰਦੇ ਨੇ ਨਾ, ਕਈ ਬੱਚੇ ਆਪਣੇ ਜਿਸਮ ਨੂੰ ਕਮਜ਼ੋਰ ਖੁਦ ਕਰਦੇ ਨੇ ਜਾਣ ਬੁੱਝ ਕੇ ਕਈ ਤਰੀਕੇ ਦੇ ਨਾਲ। ਇੱਕ ਤਰੀਕਾ ਨਹੀਂ, ਕਮਜ਼ੋਰੀ ਕਈ ਤਰੀਕੇ ਨਾਲ ਆ ਗਈ। ਇੱਕ ਸੱਪ ਇਹ ਜੀ, ਇਹਦਾ ਰੰਗ ਵੇਖ ਲਵੋ, ਇਹ ਕਲਰ ਵੇਖ ਲਓ। ਅਗਰ ਖੁਦਾ ਨਾ ਖਾਸਤਾ ਕਿਸੇ ਬੰਦੇ ਨੂੰ ਇਹ ਸੱਪ ਜਾਵੇ, ਨਾ ਇਹਦੇ ਲੜਨ ਦੇ ਨਾਲ ਬੰਦਾ ਮਰਦਾ ਕੋਈ ਨਹੀਂ, ਸਿਰਫ ਖੂਨ ਕੱਢਦਾ ਜੇ ਉੱਥੇ, ਬਾਕੀ ਲੜਦਾ ਲੁੜਦਾ ਲੜਦਾ ਤਾਂ ਜ਼ਰੂਰ ਹੈ, ਪਰ ਮੇਰੇ ਦੋਸਤੋ ਕਿਸੇ ਦੀ ਮੌਤ ਵਾਕਿਆ ਨਹੀਂ ਕਰ। ਇਹ ਜਿਹੜੇ ਦੋ ਮੇਰੇ ਸਾਹਮਣੇ ਖਲੋਤੇ ਨੇ, ਇਹ ਭਾਜੀ ਲੜਨ ਤੋਂ ਬਾਅਦ ਇਨਸਾਨ ਦੀ ਮੌਤ ਵੀ ਵਾਕਿਆ ਕਰਦੀ ਹੈ। ਹੁਣ ਮੈਂ ਲੱਗਾ ਸਾ ਖੋਲ੍ਹਣ, ਇੱਕ ਨੇ ਮੈਨੂੰ ਚੱਕ ਮਾਰ ਲਏ, ਪਰ ਮੈਂ ਤੁਹਾਡੇ ਸਾਹਮਣੇ ਬੈਠਾ ਵਾਂ, ਇਹ ਨੁਕਸਾਨ ਕੋਈ ਨਹੀਂ ਜੇ ਕਰਦਾ, ਸਿਰਫ ਖੂਨ ਕੱਢਦਾ। ਇਹ ਜਿਹੜੇ ਸੱਪ ਨੇ ਨਾ, ਇਹ ਦੇਖੋ ਤੁਹਾਡੇ ਸਾਹਮਣੇ, ਇਹ ਮੈਂ ਅੱਗੇ ਦਿਖਾਏ ਨੇ ਤੁਹਾਨੂੰ, ਇਹਨਾਂ ਨੇ ਤਿੰਨ ਚਾਰ ਵਾਰੀ ਮੈਨੂੰ ਸੱਪ ਨੂੰ ਚੱਕ ਮਾਰਿਆ ਜੇ, ਇਹਨਾਂ ਇਹ ਨੱਕ ਦੇ ਉੱਤੇ ਉਸੇ ਤਰ੍ਹਾਂ ਨਿਸ਼ਾਨ ਲੱਗਾ। ਇਹ ਮੈਂ ਦਵਾਈ ਲਾਈ, ਇਹ ਮੇਰੇ ਕੋਲ ਦਵਾਈ ਪਈ ਹੁੰਦੀ ਹੈ, ਇਹ ਟੱਪੋ ਮੈਂ ਇਹ ਦਵਾਈ ਪਈ, ਇਹ ਸਿਰਫ ਇਸੇ ਮਕਸਦ ਵਾਸਤੇ, ਸੱਪ ਲੜ ਜਾਵੇ ਫੌਰੀ ਤੌਰ 'ਤੇ ਜ਼ਖਮ 'ਤੇ ਲਾ ਦਿਓ, ਤਕਲੀਫ ਵੀ ਬੰਦ ਹੋ ਜਾਏਗੀ, ਦਰਦ ਵੀ ਨਹੀਂ ਹੋਵੇਗੀ। ਨੰਬਰ ਦੋ, ਇਹ ਅਸੀਂ ਇਹਨਾਂ ਦਾ ਤੇਲ ਬਣਾਉਂਦੇ ਹਾਂ ਜੀ, ਸੱਪਾਂ ਦਾ ਕਾਲਿਆ ਨਾਗਾਂ ਦਾ, ਇਹ ਕਾਲੇ ਨਾਗ ਦਾ ਤੇਲ ਜੇ, ਇਹ ਸਾਂਢੇ ਦਾ ਤੇਲ ਜੇ, ਇਹ ਜਿਸ ਵੇਲੇ ਬਣਦਾ ਜੀ ਉਸ ਵੇਲੇ ਇਹ ਇਸ ਕਲਰ ਦੇ ਵਿੱਚ ਆ ਜਾਂਦਾ। ਇਹ ਦੋ ਚਾਰ ਕੰਮ ਕਰਦਾ ਜੀ, ਇਹ ਜੋੜਾਂ ਦੀ ਦਰਦ, ਪੱਠਿਆਂ ਦੀ ਦਰਦ, ਇਹ ਕਮਜ਼ੋਰੀ, ਹੱਥਾਂ ਪੈਰਾਂ ਦੀ ਦਰਦ, ਲੱਤ ਦਰਦ ਕਰਦਾ, ਇੱਕ ਦਿਨ ਦਾ, ਇੱਕ ਸਾਲ ਦਾ, 50 ਸਾਲ ਦਾ ਦਰਦ ਕਿਉਂ ਨਹੀਂ। ਅੱਲਾਹ ਦੇ ਹੁਕਮ ਨਾਲ ਜਿਹੜਾ ਕਿਸੇ ਕੋਲੋਂ ਠੀਕ ਹੈ ਉਹਦਾ ਮੇਰੇ ਕੋਲ ਆਓ, ਇਨਸ਼ਾਅੱਲਾ ਤਾਲਾ ਮੈਂ ਉਹਨੂੰ ਇਹ ਤੇਲ ਬਣਾ ਕੇ ਦਿਆਂਗਾ।
ਦੱਸ ਦੇਣ ਵਾਸਤੇ ਇਨਸ਼ਾਅੱਲਾ ਤੇਰਾ ਦਰਦ ਨਹੀਂ ਰਹੇਗਾ। ਦਰਦ ਪੁਰਾਣੀ ਤੋਂ ਪੁਰਾਣੀ 50 ਸਾਲ ਦੀ ਦਰਦ ਜਿਹੜੀ ਹੈ ਇਹ ਖਤਮ ਕਰਦਾ ਜੀ, ਆਹ ਪੱਠਿਆਂ ਦੀ ਕਮਜ਼ੋਰੀ ਨੂੰ ਖਤਮ ਕਰਦਾ ਜੀ। ਮੇਰੇ ਦੋਸਤੋ ਇਹ ਸਾਡਾ ਇਹ ਅਸਲ ਸਾਡਾ ਇਹ ਜੇ ਕਈ ਤਾਂ ਗੋਵਾਂ ਦਾ ਤੇਲ ਕੱਢਦੇ ਨੇ, ਗੋ ਨਹੀਂ ਹੈ ਅਸਲ ਸਾਡੇ ਦਾ ਤੇਲ ਜੇ, ਅਤੇ ਇਹ ਦਰਦਾਂ ਵਾਸਤੇ ਸੱਟਾਂ। ਮੇਰੇ ਦੋਸਤੋ ਇਹ ਮੇਰਾ ਨੰਬਰ ਹੈਗਾ ਜੇ, ਜ਼ਰਾ ਸੁਣ ਲਵੋ ਇਹਦੇ ਮੁਤਲਕ 0302-4312-327 ਨੰਬਰ ਹੈ ਮੇਰੇ ਮੋਬਾਇਲ ਦਾ। ਮੈਂ ਉੱਤੇ ਨਾਂ ਲਿਖਿਆ ਬਾਬਾ ਮਸਤਾਨਾ ਸਾਤੋ ਵਾਲਾ, ਅਸਲ ਸਾਫ ਔਰ ਕਾਲਾ ਬਿੱਛੂ ਔਰ ਮੇਰੇ ਦੋਸਤੋ ਸਾਡੇ ਕਾ ਤੇਲ ਅਸਲ ਤੇਲ ਹੁਣ ਬਣਾਤੇ ਹੈ। ਅਗਰ ਕਿਸੀ ਬਾਈਕ ਕੋ ਫੋਨ ਕਰਕੇ ਅਗਰ ਪੁੱਛਣਾ ਚਾਹੋ, ਬੜੇ ਸ਼ੌਕ ਸੇ ਪੁੱਛੋ, ਮੇਰੇ ਪਾਸ ਆਉਣਾ ਹੋ ਤੋ ਬੜੇ ਸ਼ੌਕ ਸੇ, ਅਤੇ ਕੋਈ ਚੀਜ਼ ਖਰੀਦਣੀ ਹੋ ਤੋ ਆਪਕੋ ਮੇਰੇ ਦੋਸਤੋ ਗਿਫਟ ਦੇਵੇਂਗੇ, ਸਾਥ ਮੇਂ ਰਿਆਜ਼ ਕਰੇਂਗੇ ਹੱਦ ਸੇ ਜ਼ਿਆਦਾ। ਇੱਕ ਦਫ਼ਾ ਇਸਤੇਮਾਲ ਕਰੋਗੇ ਇਨਸ਼ਾਅੱਲਾ ਤਾਲਾ ਸਾਰੀ ਦੁਨੀਆ ਕੋ ਬਤਾਓਗੇ ਕਿ ਬਾਬੇ ਮਸਤਾਨੇ ਕੇ ਪਾਸ ਜਾਓ, ਵੋ ਅੱਛਾ ਆਦਮੀ ਹੈ, ਸਾਫ ਉਸਨੇ ਰੱਖੇ ਵੇ ਹੈ, ਯੇ ਹੈ ਬਲੈਕ ਕੋਬਰਾ। ਇਸਕੇ ਬਾਅਦ ਮੇਰੀ ਇਹ ਦੇਖੋ ਚੱਲ ਪਈ ਉੱਧਰ ਨੂੰ ਮੂੰਹ ਕਰ। ਇਨਸ਼ਾਅੱਲਾ ਤਾਲਾ ਅੱਲਾ ਦੀ ਰਹਿਮਤ, ਪਾਕਿਸਤਾਨ ਜ਼ਿੰਦਾਬਾਦ, ਪਾਕਿਸਤਾਨ ਪਾਇੰਦਾਬਾਦ।